ਮੈਂ ਜੰਗਲ ਨਾਲ ਸਾਡਾ ਰਕਬਾ ਰਕਬਾ ਵਾਲੀ ਸੜਕ ਹੈ ਨਾਲ ਜ਼ਖੀਰੇ ਦੀ, ਉੱਥੇ ਜਾ ਰਿਹਾ ਸੀ। ਦੋਵੇਂ ਮੀਆਂ ਬੀਵੀ ਸੀ, ਅੱਗੋਂ ਮਗਰੂ ਇਹ ਚਾਰ ਪੰਜ ਬੰਦੇ ਆ ਗਏ ਨੂੰ, ਬਸ਼ੀਰ ਵਲਦ ਬਖਤਾਵਰ ਕੌਮ ਵਸਲੀ ਹੈ। ਉਹਨਾਂ ਨੇ ਲਕਾਰਾ ਮਾਰਿਆ ਵੀ ਆ ਜਾਂਦਾ ਪਿਆ। ਉਹ ਮਗਰੂ ਰਸ਼ੀਦ ਨੇ ਪਿਸਟਲ ਦਾ ਤੀਹ ਬੋਰ ਦਾ ਫਾਇਰ ਮਾਰਿਆ ਮੇਰੀ ਲੱਤ 'ਚ, ਮੈਂ ਡਿੱਗ ਪਿਆ। ਮਹਿਬੂਬ ਅਤੇ ਇਹ ਦੋ ਚਾਰ ਬੰਦੇ ਹੋਰ, ਇਹਨਾਂ ਤਿੰਨਾਂ ਚੋਂ ਨੇ ਫੜ ਲਿਆ। ਮਹਿਬੂਬ ਨੇ ਮੇਰਾ ਸੱਜਾ ਕੰਨ ਕੱਟ ਦਿੱਤਾ ਹੈ, ਅਤੇ ਦੋ ਬੰਦੇ ਹੋਰ ਆਨੇ ਇਹਨਾਂ ਦੇ ਰਿਸ਼ਤੇਦਾਰ ਅਕਰਮ, ਇੱਕ ਸ਼ਹਿਦ, ਉਹਨੇ ਆ ਦੂਸਰਾ ਕੰਨ ਕੱਟਿਆ ਸ਼ਹਿਦ ਨੇ। ਰਸ਼ੀਦ ਨੇ ਇੱਕ ਇਧਰਲੀ ਲੱਤ 'ਚ ਫਾਇਰ ਮਾਰਿਆ, ਇੱਕ ਇਧਰਲੀ 'ਚ ਮਾਰਿਆ। ਜ਼ਬੈਰ ਵਲਦ ਉਹਦੋਂ ਜ਼ਬੈਰ ਉਹ ਵੀ ਵਸਲੀ, ਉਹਨੇ ਦੂਸਰੀ ਲੱਤ 'ਚ ਗੁਆੜੀਆਂ ਦਾ ਵਾਰ ਕੀਤਾ, ਗੁਆੜੀਆਂ ਮਾਰਦਾ ਰਿਹਾ। ਇਹਨੇ ਪੰਜ ਸੱਤ ਬੰਦੇ, ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ, ਮੈਨੂੰ ਪਤਾ ਨਹੀਂ ਲੱਗਿਆ। ਫਿਰ ਇਹਨਾਂ ਗੁਆੜੀਆਂ ਦਾ ਪਿਸਟਲ ਉੱਤੋਂ ਘੁੱਟਦੇ ਰਹੇ। ਮੇਰੀ ਬੀਵੀ ਨੂੰ ਉਹਨੇ ਉੱਥੇ ਬੰਨ੍ਹ ਦਿੱਤਾ ਦਰੱਖਤ ਦੇ ਨਾਲ, ਉਹਦੇ 'ਚ ਸਿਰੇ ਜ਼ਖਮ ਹੈ। ਸਰ, ਮੇਰੇ ਭਾਈ ਨੂੰ ਬੇਦਰਦੀ ਨਾਲ ਮਾਰਿਆ ਗਿਆ, ਉਹਦੇ ਦੋਨੇ ਕੰਨ ਕੱਟੇ ਗਏ ਔਰ ਲੱਤਾਂ ਦੇ ਵਿੱਚ ਫਾਇਰ ਮਾਰ ਅਤੇ ਲੱਤਾਂ ਕੱਟੀਆਂ ਗਈਆਂ, ਲੇਕਿਨ ਸਾਨੂੰ ਸਾਫ਼ ਚਾਹੀਦਾ ਹੈ ਬੇਦਰਦੀ, ਲੇਕਿਨ ਸਾਡੀ ਹਕੂਮਤ ਸੁਣ ਨਹੀਂ ਰਹੀ ਜੀ।